ਅੰਮ੍ਰਿਤਸਰ ਦੇ ਪਿੰਡ ਪੰਡੋਰੀ ਵੜੈਂਚ ਵਿਖੇ ਪੰਜਾਬ ਦੇ ਉੱਘੇ ਗਾਇਕ ਅਤੇ ਗੀਤਕਾਰ ਮਨਜੀਤ ਸਿੰਘ ਪੰਡੋਰੀ ਵੱਲੋਂ ਬਾਬਾ ਨੂਰ ਸ਼ਾਹ ਅਲੀ ਜੀ ਦੀ ਦਰਗਾਹ ਤੇ ਇੱਕ ਮੇਲਾ ਕਰਵਾਇਆ ਗਿਆ, ਜਿੱਥੇ ਪੰਜਾਬ ਦੇ ਨਾਮਵਰ ਗਾਇਕਾਂ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ, ਜਿਨ੍ਹਾਂ ਵਿੱਚ ਕੁਲਵਿੰਦਰ ਸ਼ਾਹੀ, ਮੇਜਰ ਰਾਜਸਥਾਨੀ ਅਤੇ ਸ਼ੇਰਾ ਬੋਹੜ ਵਾਲੀਆ ਮੁੱਖ ਤੌਰ ਤੇ ਪਹੁੰਚੇ। ਇਸ ਮੌਕੇ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਬੌਬੀ ਨੇ ਖਾਸ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਖਬਰ ਹਰ ਪਲ ਇੰਡੀਆ ਨਿਊਜ਼ ਚੈਨਲ ਦੇ ਮਾਲਿਕ ਸਰਦਾਰ ਬਿਕਰਮ ਸਿੰਘ ਗਿੱਲ ਵੀ ਖਾਸ ਤੌਰ ਤੇ ਪਹੁੰਚੇ, ਜਿਨ੍ਹਾਂ ਨੂੰ ਸਮੂਹਿਕ ਮੇਲਾ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਲੇ ਵਿੱਚ ਸਰਪੰਚ ਲਖਬੀਰ ਸਿੰਘ, ਤਰਸੇਮ ਸਿੰਘ ਡੀਸੀ, ਛੋਟੂ ਪਹਿਲਵਾਨ ਆਦਿ ਮੌਜੂਦ ਸਨ। ਅਸੀਂ 19 ਸਾਲ ਤੋਂ ਇਸ ਦਰਬਾਰ ਦੇ ਉੱਤੇ ਸੇਵਾ ਕਰਦੇ ਆ ਰਹੇ ਹਾਂ। 36 ਸਾਲਾਨਾ ਉਰਸ ਮੁਬਾਰਕ ਸਰਕਾਰ ਬਾਬਾ ਮੂਰ ਸ਼ਾਹ ਵਾਲੀ ਦਾ ਸਭ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਨੇਗੀਆਂ। ਮਨਜੀਤ ਪੰਡੋਰੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ, ਹੋਰ ਸਮੂਹ ਸਾਧ ਸੰਗਤ ਦਾ ਵੀ ਧੰਨਵਾਦ ਕਰਦਾ ਵਾਂ। ਮੈਂ ਸੁਖਵਿੰਦਰ ਸਿੰਘ ਬੌਬੀ ਆਪਣੇ ਜਥੇਬੰਦੀ ਸ਼ਹੀਦ ਭਗਤ ਸਿੰਘ ਸ਼ਕਤੀ ਦਲ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਬਹੁਤ ਹੀ ਧੰਨਵਾਦੀ ਹਾਂ। ਬਾਬਾ ਮੂਰ ਸ਼ਾਹ ਵਾਲੀ ਪੰਡੋਰੀ ਵਿਖੇ ਜੋ ਅੱਜ ਮੇਲਾ ਕਰਾਇਆ ਜਾ ਰਿਹਾ, ਉਹਦੀ ਸਾਰੀ ਹੀ ਕਮੇਟੀ ਦਾ ਬਹੁਤ ਧੰਨਵਾਦੀ ਹਾਂ। ਖਾਸ ਤੌਰ 'ਤੇ ਮਨਜੀਤ ਮੰਨਾ ਜੀ ਅਤੇ ਧਮਾਕਾ ਸਾਹਿਬ, ਗੁਰਪ੍ਰੀਤ ਪਹਿਲਵਾਨ ਜੀ, ਰਾਜਾ ਜੀ ਅਤੇ ਸਰਪੰਚ ਸਾਹਿਬ, ਲੱਖਾ ਸਰਪੰਚ ਸਾਹਿਬ ਜੀ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੱਥੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਸਾਨੂੰ। ਅਤੇ ਮੈਂ ਇੱਕ ਬਹੁਤ ਹੀ ਆਪਣੇ ਆਪ 'ਚ ਇੱਕ ਗਰਵ ਮਹਿਸੂਸ ਕਰਦਾ ਕਿ ਆਪਾਂ ਸਾਰਿਆਂ ਨੇ ਹੀ ਪੰਜਾਬ ਦੇ ਉਸ ਮਹਾਨ ਅਤੇ ਪਵਿੱਤਰ ਧਰਤੀ 'ਤੇ ਜਨਮ ਲਿਆ ਹੈ, ਜਿਹੜੇ ਗੁਰੂ ਪੀਰਾਂ ਪੈਗੰਬਰਾਂ ਅਤੇ ਬਹੁਤ ਮਹਾਨ ਮਹਾਨ ਯੋਧਿਆਂ ਦੀ ਇਹ ਧਰਤੀ ਹੈ। ਇੱਥੇ ਅੱਜ ਜੋ ਆਪਾਂ ਇਕੱਤਰਤ ਹੋਏ ਹਾਂ ਸਾਰੇ, ਮੇਰੇ ਸਾਰੇ ਹੀ ਛੋਟੇ ਵੱਡੇ ਬਜ਼ੁਰਗ ਮਾਤਾਵਾਂ ਭੈਣਾਂ ਨੂੰ ਇੱਕ ਅਪੀਲ ਆ ਕਿ ਕਿੱਥੋਂ ਨਵੀਂ ਸੋਚ ਲੈ ਕੇ ਜਾਣਾ ਹੀ।